होए मनीषा वाल्मीकि की गैंगरेप नू लेके पूरे भारत विच लोकां दे विच रोस है, जिस नू लेके 1 अक्तूबर ते 2 अक्तूबर नू भारत बंद की कॉल दी गई सी, जिस तहत 2 अक्तूबर नू पूरे वाल्मीकि समाज वालों भारत बंद किया जाएगा। सो तुसीं भी सुनो वक् वक् जथेबंदियां दा की कहना है। ये जिहड़ा कैंडल मार्च सी, ये सब तो जिहड़ी अज तक की बुरी सरकार, जे आपां 1947 तों लाईए, सब तो अज तक की बुरी सरकार आ, जिहड़ा कि पहला तो किसानां दे मगर होई, ठीक है जी, फिर अपने गुंडे छड़ के इन्होंने दिल्ली दे विच मुसलमानों नू शरेआम जो कतलेआम किया, उस तो बाद हुण एससीआं दे साडे वाल्मीकि समाज ते साडे जिहड़े समूचा मूल निवासी समाज आ उहदे खिलाफ शरेआम चल रही आ। साडीआं मावां भैणां नू ये शरेआम जो कि टारगेट बना रहे आ, मार रहे आ, ते उत्तों पोस्टां पा रहे आ कि जिन्ना कि यह समाज अप होऊंगा असीं उन्ना ही इन्हां नाल जुल्म करांगे। देखो जी, इंसाफ जिहड़ा देना वा वह सुप्रीम कोर्ट के हाथ वा, पर जिहड़ा संघर्ष करना वह साढ़े युवा के हाथ में वा। असीं एक मिसाल कैम मतलब चलाई आ, मुहिम चलाई आ कैंडल मार्च कढ के, पर यह कैंडल मार्च जिहड़ा साडा एक मिशन सी अग जला के, ये हुण जिहड़े विरोधी आ उन्हां नूं अग भी जलावांगे। तो सारा पूरा पंजाब पूरा भारत मैं तो यह कहना वा कि कल 2 अक्तूबर आ कि किसी को मिली जां ना मिली, जिथे ते मेरे भाई वसदे आ, मूल निवासी वसदे आ, वह सारे सड़क से उतरन, तो 2 अक्तूबर का जो समर्थन देन। मैं तो बस यही कहूँगा कि अज जो असी संघर्ष लिखिया सी कैंडल मार्च मनीषा दे हत्यारियां नूं फांसी दित्ती जावे, और असी 2 तरीक का पूर्ण तौर पर असी समर्थन करते हैं, अपील करते हैं कि जे कोई कोई शहर दे विच नहीं मीटिंग होई जां पंजाब दे विच नहीं मीटिंग होई, 2 तरीक का पूर्ण तौर पर समर्थन करो और सड़कां ते उतरो। जय वाल जय वाल सरकार, मोदी सरकार मुर्दाबाद, मोदी सरकार मुर्दाबाद, मोदी सरकार मुर्दाबाद, मोदी सरकार मुर्दाबाद, मोदी सरकार मुर्दाबाद। ਇਹਦੇ ਬਾਰੇ ਮੈਂ ਕਹਿ ਨਹੀਂ ਸਕਦਾ, ਮੈਂ ਦੇਖਿਆ ਨਹੀਂ ਹੈਗਾ ਹਾਲੇ ਤੱਕ, ਜੇ ਹੋ ਗਿਆ ਤਾਂ ਬਹੁਤ ਮਾੜੀ ਗੱਲ ਹੈ ਕਿ ਜਿੱਥੇ ਲੋਕ ਸੜਕਾਂ 'ਤੇ ਉਤਰੇ ਪਏ ਆ। ਮੈਨੂੰ ਨਹੀਂ ਲੱਗਦਾ ਰਾਜ਼ੀਨਾਮਾ ਹੋਇਆ ਹੋਊਗਾ, ਕਿਉਂਕਿ ਲੋਕ ਪੂਰੇ ਹੋਸ਼ੋ ਹਵਾਸ਼ ਦੇ ਨਾਲ, ਨਾ ਕਿਸੇ ਦਾ ਕੋਈ ਨੁਕਸਾਨ ਕਰ ਰਹੇ ਆ ਨਾ ਕੁਛ, ਸਿਰਫ ਪ੍ਰੋਟੈਸਟ ਕਰ ਰਹੇ ਆ ਕਿ ਸਾਨੂੰ ਇਨਸਾਫ ਮਿਲੇ ਔਰ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ। ਜੇ ਕੋਈ ਹੋਰ ਕੋਈ ਹੁੰਦਾ ਤਾਂ ਜਿੱਦਾਂ ਡਾਕਟਰ ਦੇ ਨਾਲ ਹੋਇਆ ਸੀ, ਉਹਨਾਂ ਨੂੰ ਉਸੇ ਵੇਲੇ ਪੁਲਿਸ ਨੇ ਕੰਟੈਕਟ ਕੌਣ ਇਹ ਆਪਣੇ ਉਹਨਾਂ ਨੂੰ ਇਨਕਾਊਂਟਰ ਕਰ ਦਿੱਤਾ ਸੀ। ਮਤਲਬ ਕਿ ਸਾਡੇ ਵਾਰੀ ਮਤਲਬ ਕਿ ਹੁਣ ਦਲਤਾ ਦੀ ਲੜਕੀ ਦੇ ਨਾਲ ਹੋਇਆ ਅਤੇ ਕੁਛ ਵੀ ਨਹੀਂ ਹਾਲੇ ਤੱਕ, ਕਿ 16 ਦਿਨਾਂ ਬਾਅਦ ਜੇ ਉਹਦਾ ਕੋਈ ਜੇ ਉਹ ਜਿੱਦਣ ਉਹਦੀ ਡੈਥ ਹੋਈ ਰਾਤ ਨੂੰ 2:30 ਵਜੇ ਸੰਸਕਾਰ ਕਰ ਦਿੱਤਾ, ਉਹ ਵੀ ਮਿੱਟੀ ਦਾ ਤੇਲ ਪਾ ਪਾ ਕੇ ਉਹਨਾਂ ਸੰਸਕਾਰ ਕਰਤਾ। ਮੈਂ ਦੇਖਿਆ ਫੇਸਬੁੱਕ 'ਤੇ ਕਿ ਬਹੁਤ ਹੀ ਮਤਲਬ ਕਿ ਮੈਂ ਇਸੀ ਇਹ ਵੀ ਅਪੀਲ ਕਰਦੇ ਹਾਂ ਕਿ ਜਿਹਨਾਂ ਵੀ ਪੁਲਿਸ ਵਾਲਿਆਂ ਨੇ ਜਿਹਨਾਂ ਨੇ ਇਹ ਸੰਸਕਾਰ ਕੀਤਾ ਉਹਨਾਂ ਨੂੰ ਵੀ ਔਰ ਤੇ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ, ਡਿਸਮਿਸ ਕੀਤਾ ਜਾਣਾ ਚਾਹੀਦਾ ਸਰਕਾਰ ਨੂੰ, ਅਸੀਂ ਤਾਂ ਇਹੀ ਅਪੀਲ ਕਰਦੇ ਹਾਂ। ਮੋਦੀ ਸਰਕਾਰ ਮੁਰਦਾਬਾਦ। ਜੈ ਵਾਲਮੀਕੀ ਜੈ ਭੀਮ। ਅੱਜ ਸਾਰੇ ਹੀ ਸਾਡੇ ਵੀਰ ਤੇ ਭੈਣਾਂ ਵਾਲਮੀਕੀ ਮੰਦਿਰ ਦੇ ਵਿੱਚ ਸ਼ਹਿਰ ਦੇ ਵਿੱਚ ਉਪਸਥਿਤ ਨੇ, ਤੇ ਸਾਡਾ ਕੱਲ ਦਾ ਇਹ ਕਿ 2 ਅਕਤੂਬਰ ਨੂੰ ਕਿ ਭਾਰਤ ਬੰਦ ਦੀ ਜਿਹੜੀ ਕਾਲ ਆ, ਕਿ ਕੱਲ ਜਿੰਨੇ ਵੀ ਸਾਡੇ ਵੀਰ ਆ, ਸਾਡੀਆਂ ਜਿੰਨੀਆਂ ਵੀ ਭੈਣਾਂ ਆ, ਉਹ ਮਨੀਸ਼ਾ ਵਾਲਮੀਕੀ ਭੈਣ ਦੇ ਇਨਸਾਫ ਲਈ ਉਹ ਸੜਕਾਂ ਤੇ ਆਣਗੇ। ਅਤੇ ਸਾਡੀ ਇਹੀ ਅਪੀਲ ਵਾ ਪੂਰੇ ਸਮਾਜ ਦੇ ਅੱਗੇ, ਨਹੀਂ ਪੂਰੇ ਭਾਰਤ ਦੇ ਅੱਗੇ, ਕਿ ਸਾਰੀਆਂ ਭੈਣਾਂ ਅਤੇ ਸਾਡੇ ਜਿੰਨੇ ਵੀ ਵੀਰ ਨੇ ਉਹ ਸਾਰੇ ਸੜਕਾਂ 'ਤੇ ਆਉਣ, ਕਿਉਂਕਿ ਇਹ ਗੱਲ ਸਿਰਫ ਮਨੀਸ਼ਾ ਵਾਲਮੀਕਿ ਦੀ ਨਹੀਂ ਆ, ਇਹ ਗੱਲ ਸਾਡੀਆਂ ਆਪਣੀਆਂ ਸਾਰੀਆਂ ਭੈਣਾਂ ਦੀ ਆ। ਕਿਉਂਕਿ BJP ਨੇ ਜਿਹੜੀ ਇੱਕ ਘਟੀਆ ਹਰਕਤ ਦਿਖਾਈ ਆ, ਅਤੇ ਪ੍ਰਸ਼ਾਸਨ ਨੇ ਇੱਕ ਘਟੀਆ ਹਰਕਤ ਜਿਹੜੀ ਦਿਖਾਈ ਆ, ਕਿ ਦੋਸ਼ੀਆਂ ਨੂੰ ਫੜ ਲਿੱਤਾ ਗਿਆ ਆ, ਪਰ ਉਹਨਾਂ ਨੂੰ ਹਜੇ ਤੱਕ ਵੀ ਫਾਂਸੀ ਦਾ ਹੁਕਮ ਨਹੀਂ ਦਿੱਤਾ ਗਿਆ ਹੈ, ਨਾ ਉਹਨਾਂ 'ਤੇ ਹਲੇ ਤੱਕ ਵੀ ਕੋਈ FIR ਕੱਟੀ ਗਈ ਆ, ਪਰ ਉਹਨਾਂ ਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਆ। ਅਤੇ ਸਾਡੀ ਇਹੀ ਅਪੀਲ ਆ ਸਾਰਿਆਂ ਦੇ ਅੱਗੇ ਕਿ 2 ਅਕਤੂਬਰ ਨੂੰ ਵੱਧ ਚੜ੍ਹ ਕੇ ਵਾਲਮੀਕਿ ਚੌਂਕ ਪਹੁੰਚੋ ਸਾਰੇ ਜਣੇ, ਤਾਂ ਕਿ ਆਪਾਂ 2 ਅਪ੍ਰੈਲ ਦੀ ਤਰ੍ਹਾਂ ਆਪਾਂ ਇਸ ਜਿਹੜੀ ਇਹ ਮੂਵਮੈਂਟ ਹੈ ਅਸੀਂ ਇਹਨੂੰ ਵੀ ਸਕਸੈਸਫੁਲ ਕਰ ਸਕੀਏ, ਅਤੇ ਆਪਣੀ ਭੈਣ ਮਨੀਸ਼ਾ ਵਾਲਮੀਕਿ ਨੂੰ ਇਨਸਾਫ ਦਿਲਾ ਸਕੀਏ, ਤਾਂ ਕਿ ਜਿਹੜੇ ਉਹ 4 ਦਰਿੰਦੇ ਨੇ ਉਹਨਾਂ ਨੂੰ ਆਪਾਂ ਫਾਂਸੀ ਦਿਲਾ ਸਕੀਏ। ਇਹਨਾਂ ਸ਼ਬਦਾਂ ਦੇ ਨਾਲ ਹੀ ਜੈ ਵਾਲਮੀਕਿ ਜੈ ਭੀਮ। ਸਾਰੇ ਵੀਰਾਂ ਨੂੰ ਜੈ ਵਾਲਮੀਕਿ, ਹਰ ਹਰ ਵਾਲਮੀਕਿ, ਸਾਰੇ ਦੋਸਤਾਂ ਨੂੰ, ਪੂਰੇ ਵਾਲਮੀਕਿ ਸਮਾਜ ਨੂੰ ਬੇਨਤੀ ਹੈ, ਕੱਲ੍ਹ ਵਾਲਮੀਕਿ ਚੌਂਕ ਸਾਰੇ ਸਮਾਜ ਨੇ ਇਕੱਠੇ ਹੋਣਾ ਵਾ, ਜੋ ਉੱਤਰ ਪ੍ਰਦੇਸ਼ ਦੇ ਵਿੱਚ ਜੋ ਵਾਲਮੀਕਿ ਸਮਾਜ ਸਾਡੀ ਭੈਣ ਦੇ ਨਾਲ, ਸਾਡੀ ਧੀ ਦੇ ਨਾਲ ਜੋ ਵੀ ਗਲਤ ਹਰਕਤ ਕੀਤੀ ਗਈ ਕੁਛ ਸ਼ਰਾਰਤੀ ਤੱਤਵਾਂ ਨੇ, ਅਸੀਂ ਉਹਨਾਂ ਦੇ ਖਿਲਾਫ਼ ਪੂਰਾ ਵਿਰੋਧ ਕਰਾਂਗੇ।
जिहड़ी सरकार उन्हां दे नाल रली होई उहदा भी पूरा विरोध होगा। असी यह चाहते वाल्मीकि समाज उन्हां नूं पूरा इंसाफ मिले, जे नहीं इंसाफ मिलेगा असी सरकार के खिलाफ भी जावांगे, सड़कां ते भी जावांगे। सानू परचे तो ना ही अं कभी डरे हाँ ना ही डरना वा, तो बिल्कुल नहीं डरांगे। असी एक वाल्मीकि समाज के एक योधे हाँ, योधे वांगू यह जंग आ साडी, असी इंसाफ लैके रहांगे। इन्नी गल ही कहिंदा होया सारिआं नूं, जय वाल्मीकि हर हर वाल्मीकि। जय वाल्मीकि हर हर वाल्मीकि, जय भीम जय भारत। तो अज जिहड़ा साडे समाज ते एक होर कष्ट आया वा, वह कष्ट इदा आया कि परमात्मा वाल्मीकि दियावान कह गए जननी और जन्म भूमि स्वर्ग से बढ़कर है, कि अज जिहड़ा साडा समाज दियां जिहड़ियां धीआं भैणां वा उन्हां दा निकलना भी बहुत औखा हो गया। मैं सरकारां नूं सीधी सीधी चेतावनी दिंदा वा कि बेटी गई है हमारी अब सरकार जाएगी तुम्हारी, कि सरकारां नूं असीं इह चेतावनी दिंदे आ कि जिन्ना चिर ये बंदियां नूं फांसी की सज़ा ना होई तो उन्ना चिर साडा इदां ही अंदोलन चलता रहूगा। कि जलंधर दे विच भगवान वाल्मीकि चौंक असी सारा बहुत वड्डा इकट्ठ कर रहे हैं, कि उस इकट्ठ दे विच जिद्दां 2 अप्रैल बाबा साहब डॉक्टर भीम राव अंबेडकर ही वारी बंद करवाया सी, हुण अपनी बेटी वारी बंद करावांगे। तो मैं सारे ही समाज नूं हाथ जोड़ के बेनती करदा कि इकट्ठे होण दी जरूरत आ, इकट्ठे होइए। जिहड़ा कानून आ कानून बाबा साहब डॉक्टर भीम राव अंबेडकर ने लिखिया सी तां ही हाथ दे विच लैने, नहीं तो 2 मिनट लाइए इन्हां दोषियों नूं फड़न ले। मैं अपने समाज नूं हाथ जोड़ के बेनती करदा कि इकट्ठे हो के इन्हां जिहड़े बंदे आ कातिल आ कातिलां दा मुकाबला करिए। जय भीम जय भारत।